ਜੀਵੇਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਮਾਰਕੀਟ ਦੇ ਵਿੱਚ 2000 ਦੇ ਨੋਟ ਨਹੀਂ ਚੱਲ ਸਕਦੇ ਇਸ ਕਰਕੇ ਸਾਰਿਆਂ ਨੂੰ RBI ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਤੁਸੀਂ ਬੈਂਕਾਂ 'ਚ 2000 ਰੁਪਏ ਦੇ ਨੋਟ ਜਿਹੜੇ ਘਰਾਂ ਦੇ ਵਿੱਚ ਰੱਖੇ ਨੇ ਉਹ ਜਮ੍ਹਾਂ ਕਰਵਾ ਸਕਦੇ ਲੇਕਿਨ 2000 ਨੋਟਾਂ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਕਿਆਸਰੀਆਂ ਚੱਲ ਰਹੀਆਂ ਨੇ ਲੇਕਿਨ ਹੁਣ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਬੈਂਕ ਹੈ ਸਟੇਟਮੈਂਟ ਆਫ ਇੰਡੀਆ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਨਾਲ ਲੋਕਾਂ ਨੂੰ ਸੂਚਨਾ ਵੀ ਦੇ ਦਿੱਤੀ ਆ ਕਿ ਜਿਹੜੇ 2000 ਦੇ ਨੋਟ ਜਦੋਂ ਤੁਸੀਂ ਬੈਂਕ ਦੇ ਵਿੱਚ ਜਮ੍ਹਾਂ ਕਰਾਉਣੇ ਆ ਨਾ ਹੀ ਕੋਈ شناختੀ ਕਾਰਡ ਦੀ ਜ਼ਰੂਰਤ ਹੈ ਚਾਹੇ ਨਾ ਹੀ ਬੈਂਕ ਵਾਲੇ ਤੁਹਾਡੇ ਕੋਲ ਕੋਈ شناختੀ ਕਾਰਡ ਮੰਗਣਗੇ ਨਾ ਆਧਾਰ ਕਾਰਡ ਨਾ ਪੈਨ ਕਾਰਡ ਨਾ ਪਾਸਪੋਰਟ ਨਾ ਬੈਂਕ ਖਾਤੇ ਵਾਲੀ ਜਿਹੜੀ ਕਾਪੀ ਹੁੰਦੀ ਆ ਤੇ ਨਾ ਹੀ ਫਾਰਮ ਭਰਨਾ ਪਊਗਾ ਮਤਲਬ ਤੁਸੀਂ ਸਿੱਧਾ ਕਾਊਂਟਰ 'ਚ ਜਾਣਾ ਹੈਗਾ ਤੇ 2000 ਰੁਪਏ ਦੇ ਜਿਹੜੇ ਨੋਟ ਨੇ ਉਹ ਤੁਸੀਂ ਬਦਲਾ ਸਕਦੇ ਹੋ ਵੱਦ ਤੋਂ ਵੱਧ 10 ਨੋਟ ਮਤਲਬ 20000 ਰੁਪਈਆ ਹੀ ਤੁਸੀਂ ਅਗਰ ਤੁਹਾਡੇ ਕੋਲ 2000 ਦੇ ਨੋਟ ਆ ਤੇ 20000 ਰੁਪਈਆ ਹੀ ਇੱਕ ਟਾਈਮ ਤੁਸੀਂ ਬਦਲ ਸਕਦੇ ਹੋ ਜੇ ਤੁਹਾਡਾ ਉਸ ਬੈਂਕ ਦੇ ਵਿੱਚ ਖਾਤਾ ਤੇ ਉਸ ਖਾਤੇ ਦੇ ਵਿੱਚ ਜਮਾ ਹੋ ਸਕਦੇ ਤੇ ਨਾਲ ਦੀ ਨਾਲ ਸਟੇਟ ਬੈਂਕ ਆਫ ਇੰਡੀਆ ਨੇ ਕਿਹਾ ਕਿ ਕਿਸੇ ਵੀ ਬੈਂਕ ਦੇ ਵਿੱਚ ਜਾਏ ਤੁਹਾਡਾ ਉੱਥੇ ਖਾਤਾ ਹੈ ਜਾਂ ਨਹੀਂ ਹੈ ਤੁਸੀਂ ਕਿਸੇ ਵੀ ਬੈਂਕ ਦੇ ਵਿੱਚ ਜਾ ਕੇ 2000 ਦੇ ਨੋਟ ਜਿਹੜੇ ਉਹ ਬਦਲਾ ਸਕਦੇ ਹੋ ਇਹ ਸਟੇਟ ਬੈਂਕ ਆਫ ਇੰਡੀਆ ਨੇ ਜਾਰੀ ਕਰ ਦਿੱਤੀਆਂ ਨੇ ਹਦਾਇਤਾਂ ਕਿਉਂਕਿ ਸੋਸ਼ਲ ਮੀਡੀਆ ਤੇ ਵਾਂਸ ਵਾਂਗੀਆਂ ਗੱਲਾਂ ਚੱਲ ਰਹੀਆਂ ਸੀ ਸਟੇਟ ਬੈਂਕ ਆਫ ਇੰਡੀਆ ਨੇ ਜਿਹੜਾ ਟਵੀਟ ਜਾਰੀ ਕੀਤਾ ਔਰ ਜਾਰੀ ਪ੍ਰੈਸ ਬਿਆਨ ਦੇ ਵਿੱਚ ਵੀ ਕਿਹਾ ਕਿ ਜਿਹੜਾ 2000 ਦਾ ਨੋਟ ਬਦਲਣ ਨੂੰ ਲੈ ਕੇ ਜਿਹੜੀਆਂ ਉਹਨਾਂ ਨੇ ਨਵੀਆਂ ਜਿਹੜੀਆਂ ਗਾਈਡਲਾਈਨ ਜਾਰੀ ਕਰ ਦਿੱਤੀਆਂ ਨੇ ਤੇ ਉਹਨਾਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਨੋਟ ਬਦਲਣ ਵਾਸਤੇ ਕਿਸੇ ਵੀ ਕਿਸਮ ਦੀ ਤੁਹਾਡੇ ਕੋਲੋਂ ਸਿਰਾਖਤੀ ਕਾਰਡ ਨਹੀਂ ਮੰਗਿਆ ਜਾਊਗਾ ਤੇ ਨਾ ਹੀ ਫਾਰਮ ਭਰਨਾ ਪਊਗਾ ਤੁਸੀਂ ਇੱਕ ਦਫ਼ਾ 10 ਨੋਟ ਬਦਲ ਸਕਦੇ ਹੋ ਮਤਲਬ 20000 ਰੁਪਇਆ ਬਦਲ ਸਕਦੇ ਹੋ 2-2000 ਦੇ ਜਿਹੜੇ ਨੋਟ ਆ ਸਟੇਟ ਬੈਂਕ ਆਫ ਇੰਡੀਆ ਨੂੰ ਨੋਟੀਫਿਕੇਸ਼ਨ ਇਸ ਲਈ ਜਾਰੀ ਕਰਨਾ ਪਿਆ ਕਿਉਂਕਿ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਚੱਲ ਰਹੀਆਂ ਸੀ ਲਗਤਰ੍ਹਾਂ ਦੀਆਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਸੀ ਔਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਨੋਟ ਬਦਲਣ ਵਾਸਤੇ ਬੈਂਕ ਵਾਲੇ ਤੁਹਾਡੇ ਕੋਲ ਆਧਾਰ ਕਾਰਡ ਜਾਂ ਹੋਰ ਜਿਹੜੇ شناਖਤੀ ਕਾਰਡ ਮੰਗ ਸਕਦੇ ਨੇ ਤੇ ਫਾਰਮ ਵੀ ਭਰਨਾ ਪੈ ਸਕਦਾ ਲੇਕਿਨ ਹੁਣ ਸਪਸ਼ਟੀਕਰਨ ਜਾਰੀ ਕਰ ਦਿੱਤਾ ਗਿਆ ਕਿ ਤੁਸੀਂ ਕਿਸੇ ਵੀ ਬੈਂਕ 'ਚ ਜਾ ਕੇ ਕਾਊਂਟਰ ਤੇ ਜਾ ਕੇ 2000 ਰੁਪਏ ਤੱਕ ਤੁਸੀਂ ਮਤਲਬ 2000 ਰੁਪਏ ਦੇ 10 ਨੋਟ ਬਦਲਾ ਸਕਦੇ ਹੋ ਤੁਹਾਨੂੰ ਯਾਦ ਹੋਵੇਗਾ ਕਿ ਰਿజర్ਵ ਬੈਂਕ ਆਫ ਇੰਡੀਆ ਨੇ 19 ਮਈ ਨੂੰ 2000 ਰੁਪਏ ਦੇ ਜਿਹੜੇ ਨੋਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ ਤੇ ਤੇ ਕਿਹਾ ਸੀ ਆਰਬੀਆਈ ਨੇ ਕਿ 30 ਸਤੰਬਰ ਤੱਕ ਜਿਹੜੇ 2000 ਦੇ ਨੋਟ ਜੇ ਕਿਸੇ ਕੋਲ ਹੈ ਘਰ ਦੇ ਵਿੱਚ ਜਮ੍ਹਾਂ ਤੇ ਉਹ ਬਦਲ ਸਕਦਾ ਜਾਂ ਆਪਣੇ ਖਾਤੇ ਦੇ ਵਿੱਚ ਜਮ੍ਹਾਂ ਕਰਵਾ ਸਕਦਾ ਹੈਗਾ ਔਰ ਬੈਂਕ ਨੇ ਕਿਹਾ ਸੀ ਕਿ ਇਹ ਸਾਰੇ ਜਿਹੜੀ ਪ੍ਰਕਿਰਿਆ ਇਹ ਲੀਗਲ ਰਹੇਗੀ ਕਾਨੂੰਨੀ ਤੌਰ ਤੇ ਇਹ ਪ੍ਰਕਿਰਿਆ ਵਾ ਨਾ ਕਿ ਗੈਰ ਕਾਨੂੰਨੀ ਔਰ ਸਭ ਤੋਂ ਵੱਡਾ ਸਵਾਲ ਹੈ ਕਿ ਤੁਸੀਂ ਕਿਸੇ ਵੀ ਬੈਂਕ ਵਿੱਚ ਜਾ ਸਕਦੇ ਹੋ ਚਾਹੇ ਤੁਹਾਡਾ ਉੱਥੇ ਖਾਤਾ ਹੈ ਜਾਂ ਨਹੀਂ ਹੈ ਦੂਜਾ ਇਹ ਵੀ ਹੈ ਕਿ ਜੇ ਤੁਹਾਡਾ ਉਸ ਬੈਂਕ ਦੇ ਵਿੱਚ ਖਾਤਾ ਹੈ ਤਾਂ ਤੁਸੀਂ ਜਿਹੜੇ ਨੋਟ ਬਦਲਣ ਜਾ ਰਹੇ ਹੋ ਤੁਸੀਂ ਆਪਣੇ ਖਾਤੇ ਦੇ ਵਿੱਚ ਵੀ ਜਮਾ ਕਰਵਾ ਸਕਦੇ ਹੋ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ RBI ਨੇ ਜਾਣਕਾਰੀ ਦਿੱਤੀ ਸੀ ਕਿ 31 ਮਾਰਚ ਤੱਕ ਜਿਹੜੇ 2000 ਦੇ ਜਿਹੜੇ ਨੋਟ ਨੇ ਸਰਕੂਲੇਸ਼ਨ ਦੇ ਵਿੱਚ ਸੀ ਉਹ ਕੋਈ 181 ਕਰੋੜ ਨੋਟ ਸਨ 31 ਮਾਰਚ 2018 ਤੱਕ ਜਿਹੜੀ ਵੈਲਿਊ ਆਫ ਨੋਟ ਦੀ ਸੀ ਉਹ ਸੀ 6.3 ਲੱਖ ਕਰੋੜ ਤੇ ਵੋਲਿਊਮ ਆਫ ਨੋਟ ਕਿੰਨੀ ਸੀ 336.5 ਕਰੋੜ ਫਿਰ 31 ਮਾਰਚ 2023 ਤੱਕ ਜਿਹੜੀ ਵੈਲਿਊ ਆਫ ਨੋਟ ਜਿਹੜੀ ਹੀ 2000 ਦੀ ਉਹ ਸੀ 3.62 ਲੱਖ ਕਰੋੜ ਤੇ ਨੋਟਾਂ ਦੀ ਕਿੰਨੀ ਗਿਣਤੀ ਹੈਗੀ ਸੀ ਉਹ ਐਸੀ 181 ਕਰੋੜ ਇਸੇ ਕਰਕੇ ਉਹਨਾਂ RBI ਨੇ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ 30 ਸਤੰਬਰ ਤੋਂ ਬਾਅਦ ਜਿਹੜੇ ਨੋਟ ਆ ਉਹ ਮਾਰਕੀਟ ਵਿੱਚ ਬੰਦ ਹੋ ਜਾਣਗੇ ਇਸੇ ਕਰਕੇ ਸਾਰਿਆਂ ਨੂੰ ਕਹਿ ਕੇ ਬੈਂਕਾਂ ਵਿੱਚ ਜਮ੍ਹਾਂ ਕਰਵਾ ਦਿਓ। ਔਰ ਇੱਕ ਸਭ ਤੋਂ ਵੱਡੀ ਗੱਲ ਕਿ ਇੱਕ ਦਫਾ ਤੁਸੀਂ 20000 ਰੁਪਏ ਤੋਂ ਵੱਧ ਨਹੀਂ ਬਦਲ ਸਕਦੇ ਨਾ ਹੀ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾ ਸਕਦੇ ਹੋ। ਔਰ ਇੱਕ ਹੋਰ ਅਹਿਮ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਨੋਟ ਬਦਲਣ ਵਾਸਤੇ ਜਾਂ ਬਦਲਾਉਣ ਵਾਸਤੇ ਜਾਂ ਤੁਸੀਂ ਆਪਣੇ ਖਾਤੇ ਵਿੱਚ ਜਦੋਂ ਇਹ ਜਮ੍ਹਾਂ ਕਰਵਾਉਣੇ ਆ ਗਿਆ ਹੈ ਇਕਦਮ ਫ੍ਰੀ ਆ ਕੋਈ ਵੀ ਬੈਂਕ ਵਾਲਾ ਕਰਮਚਾਰੀ ਤੁਹਾਡੇ ਕੋਲ ਇਸ ਮਸਲੇ ਦੇ ਵਿੱਚ ਕੋਈ ਚਾਰਜ ਨਹੀਂ ਲੈ ਸਕਦਾਗਾ ਤੇ ਨਾ ਹੀ ਪੈਸੇ ਮੰਗ ਸਕਦਾਗਾ ਅਗਰ ਕੋਈ ਬੈਂਕ ਇਸ ਮਸਲੇ ਦੇ ਵਿੱਚ ਨੋਟ ਬਦਲਤੇ ਜਾਂ ਜਮ੍ਹਾਂ ਕਰਨ ਤੇ ਕੋਈ ਚਾਰਜ ਲੈਂਦੇ ਤੇ ਉਸ ਦੀ ਜਿਹੜੀ ਸ਼ਿਕਾਇਤ ਆ ਉਹ ਵੱਡੇ ਅਧਿਕਾਰੀਆਂ ਨੂੰ ਕੀਤੀ ਜਾ ਸਕਦੀ ਹੈ ਜਾਂ ਜਿਹੜੇ ਬੈਂਕਿੰਗ ਲੋਕਪਾਲ ਆ ਉਹਨੂੰ ਵੀ ਸ਼ਿਕਾਇਤ ਕੀਤੀ ਜਾ ਸਕਦੀ ਆ ਲੇਨ ਦੇਣ ਵਾਸਤੇ ਜਿਹੜੇ 2000 ਨੋਟਾਂ ਦਾ ਜਿਹੜਾ ਇਸਤੇਮਾਲ ਜਾਰੀ ਰੱਖ ਸਕਦੇ ਨੇ ਲੇਕਿਨ ਜਿਹੜੀ ਪੇਮੈਂਟ ਦੇ ਰੂਪ ਵਿੱਚ ਰਸੀਬ ਕੀਤਾ ਜਾ ਸਕਦਾ ਲੇਕਿਨ ਹਾਲਾਂਕਿ ਆਰਬੀ ਨੇ ਕਿਹਾ ਕਿ 30 ਸਤੰਬਰ 2023 ਨੂੰ ਜਾਂ ਉਸ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਬੈਂਕ ਨੋਟ ਜਿਹੜੇ 2000 ਦੇ ਉਹ ਬੈਂਕਾਂ 'ਚ ਜਮਾ ਕਰਵਾਏ ਜਾ ਸਕਦੇ ਆ ਤੇ ਬਦਲੇ ਵੀ ਜਾ ਸਕਦੇ ਆਗੇ ਅਰਜਰ ਬੈਂਕ ਨੇ ਜਿਹੜਾ 2000 ਦਾ ਜਿਹੜਾ ਨੋਟ ਸਰਕੂਲੇਸ਼ਨ ਜਿਹੜਾ ਉਹ ਵਾਪਸ ਲੈਣ ਵਾਸਤੇ ਜਿਹੜਾ ਆਦੇਸ਼ ਜਾਰੀ ਕੀਤੇ ਸੀ ਔਰ 2000 ਦਾ ਜਿਹੜਾ ਨੋਟ ਆ ਉਹ ਨਵੰਬਰ 2016 ਵਿੱਚ ਮਾਰਕੀਟ ਵਿੱਚ ਆਇਆ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ 500 ਹਜ਼ਾਰ ਦੇ ਨੋਟ ਬੰਦ ਕਰ ਦਿੱਤੇ ਸੀ ਤੇ ਇਹਦੀ ਜਗ੍ਹਾ ਨਵੇਂ ਪੈਟਰਨ ਤੇ 500 ਦਾ ਨਵਾਂ ਨੋਟ ਵੀ ਜਾਰੀ ਕੀਤਾ ਤੇ ਨਾਲ ਦੀ ਨਾਲ 2000 ਰੁਪਏ ਦਾ ਨੋਟ ਵੀ ਜਾਰੀ ਕੀਤਾ ਸੀ ਤੇ ਆਰਬੀ ਨੇ ਸਾਲ 2018-2019 ਵਿੱਚ 2000 ਨੋਟਾਂ ਦੀ ਜਿਹੜੀ ਆ ਛਪਾਈ ਉਹ ਬੰਦ ਕਰ ਦਿੱਤੀ ਗਈ ਸੀ ਫਿਲਹਾਲ ਆਰਬੀ ਨੇ 30 ਸਤੰਬਰ ਤੱਕ 2000 ਦੇ ਜਿਹੜੇ ਨੋਟ ਆ ਉਹ ਬੈਂਕਾਂ ਵਿੱਚ ਬਦਲਣ ਅਤੇ ਕਾਊਂਟ ਵਿੱਚ ਜਮ੍ਹਾਂ ਕਰਨ ਵਾਸਤੇ ਦੇਸ਼ ਵਾਸੀਆਂ ਨੂੰ ਕਿਹਾ ਪ੍ਰਨਾਲੀ ਨੇ ਵੀ ਕਿਹਾ ਕਿ ਇਸ ਤੋਂ ਇਹ ਜਿਹੜੀ ਪ੍ਰਕਿਰਿਆ ਸਾਰੀ ਕਾਨੂੰਨੀ ਤੌਰ ਤੇ ਸਹੀ ਰਹੇਗੀ। ਔਰ ਦੂਜੇ ਪਾਸੇ ਇਸ ਮਸਲੇ ਦੇ ਵਿੱਚ ਜਿਹੜੇ 2000 ਨੋਟ ਬੰਦ ਹੋਏ ਨੇ ਜਾਂ ਸਰਕਾਰ ਨੇ ਬੰਦ ਕਰਨ ਦਾ ਫੈਸਲਾ ਕੀਤਾ ਉਸ ਮਸਲੇ ਦੇ ਦੇਸ਼ ਦੀ ਉਹ ਸਾਰੀਆਂ ਵਿਰੋਧੀ ਧਿਰਾਂ ਚਾਹੇ ਸੂਬਾਈ ਪਾਰਟੀਆਂ ਜਾਂ ਨੈਸ਼ਨਲ ਪਾਰਟੀਆਂ ਸੈਂਟਰ ਸਰਕਾਰ ਨੂੰ ਬੀਜੇਪੀ ਨੂੰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਖਟਾਰੇ ਵਿੱਚ ਖੜਾ ਕਰ ਰਹੇ ਨੇ ਕਿ ਜਿਹੜਾ ਇਹ ਮੋਨਟਾਈਜੇਸ਼ਨ ਕੀਤੀ ਸੀ, ਰੋਡ ਬੰਦੀ ਕੀਤੀ ਸੀ, ਇਹਦੇ ਨਾਲ ਦੇਸ਼ ਦੀ ਜਿਹੜੀ ਆਰਥਿਕ ਸਥਿਤੀ ਜਾਂ ਗਤੀ ਆ ਉਹ ਰੁਕ ਗਈ ਸੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਦਾਵੇ ਕੀਤੇ ਜਾ ਰਹੇ ਸੀ ਕਿ ਇਹਦੇ ਨਾਲ ਹੱਤਵਾਦ ਖਤਮ ਹੋਏਗਾ ਇਹਦੇ ਚ ਜਿਹੜੇ ਜਿਹੜੇ ਨਕਲੀ ਨੋਟ ਜਾਲੀ ਨੋਟ ਬੰਦ ਹੋਣਗੇ ਉਹ ਸਿਲਸਲਾ ਉਸੇ ਤਰ੍ਹਾਂ ਜਾਰੀ ਰਿਹਾ ਜਿਹੜੇ ਉਸ ਸਮੇਂ ਜਿਹੜੇ ਜਿਹੜੀ ਕਰੰਸੀ ਨਕਲੀ ਦੱਸੀ ਜਾ ਰਹੀ ਸੀ ਉਹਦੀ ਕੋਈ 14 ਲੱਖ ਕਰੋੜ ਦੱਸਿਆ ਜਾ ਰਿਹਾ ਸੀ ਜਦੋਂ ਨਵੇਂ ਨੋਟ ਛਪਾਏ ਉਹਦਾ ਜਿਹੜਾ ਖਰਚਾ ਉਹ 30 ਲੱਖ ਕਰੋੜ ਪਿਆ ਆ ਸੀ ਇਹ ਕਾਂਗਰਸ ਪਾਰਟੀ ਸਮੇਤ ਬਾਕੀ ਪਾਰਟੀਆਂ ਨੇ ਵੀ ਇਹਨੂੰ ਇੱਕ ਬੜੀ ਆਰਗੇਨਾਈਜ਼ ਲੁੱਟ ਕਿਆ ਸੀ ਇਹ ਤੋਂ ਦੱਸ ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ रह ਚੁੱਕੇ ਨੇ 10 ਸਾਲ ਡਾਕਟਰ ਮਨਮੋਹ ਸਿੰਘ ਉਹਨਾਂ ਨੇ ਵੀ ਇੱਕ ਵੱਡੀ ਟਿੱਪਣੀ ਕੀਤੀ ਹੈਗੀ ਜਿਸ ਦੇ ਲੇਕਿਨ ਹੁਣ ਜਿਹੜੀ ਆ ਆਰਬੀਆਈ ਤੋਂ ਬਾਅਦ ਸਟੇਟ ਬੈਂਕ ਆਫ ਇੰਡੀਆ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਬੈਂਕ ਆ ਉਹਨਾਂ ਨੇ ਜਾਣਕਾਰੀਆਂ ਐਲਮ ਦਿੱਤੀਆਂ ਹੈਗੀਆਂ ਨੇ ਕਿ ਤੁਸੀਂ ਕਿਸੇ ਵੀ ਬੈਂਕ ਦੇ ਵਿੱਚ ਜਾ ਕੇ ਤੁਹਾਡੇ ਕੋਲ ਚਾਹੇ ਖਾਤਾ ਹੈ ਜਾਂ ਨਹੀਂ ਹੈ ਤੁਸੀਂ 2000 ਦੇ ਜਿਹੜੇ ਨੋਟ ਬਦਲਾ ਸਕਦੇ ਹੋ ਫ੍ਰੀ ਹੋਣਗੇ ਕੋਈ ਚਾਰਜ ਨਹੀਂ ਲਿਆ ਜਾਊਗਾ ਮੌਕੇ ਤੇ ਬਦਲੇ ਵੀ ਜਾ ਸਕਦੇ ਨੇ ਤੇ ਜੇ ਤੁਹਾਡਾ ਉਥੇ ਖਾਤਾ ਹੈ ਤੇ ਉਹਦੇ ਚ ਜਮਾ ਵੀ ਕੀਤੇ ਜਾ ਸਕਦੇ ਨੇ ਫਿਲਹਾਲ ਉਮੀਦ ਕਰਦੇ ਹਾਂ ਕਿ ਜਿਹੜੀ ਜਾਣਕਾਰੀ ਤੁਹਾਡੇ ਕੰਮ ਆਏਗੀ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਬੀਬੀਸੀ ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ